ਸਚਰਕਾਲ ਤੁਸੀਂ ਪੀਐਨਸੀ ਆਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਸੀਂ ਕੋਈ ਵੀ ਪ੍ਰੋਫਾਈਲ ਦੇਖਦੇ ਹੋ ਉਸ ਤੇ ਵਿੱਚ ਬੇਸ਼ੱਕ ਕਿੰਨੀਆਂ ਵੀ ਤਸਵੀਰਾਂ ਆਪਣੀਆਂ ਕਿਸੇ ਨੇ ਕਿਉਂ ਨਾ ਵਰਤੀਆਂ ਹੋਈਆਂ ਹੋਣ ਜੋ ਆਪਣੀਆਂ ਲਾਈਆਂ ਹੋਈਆਂ ਹੋਣ ਦਿਖਾਈਆਂ ਹੋਈਆਂ ਹੋਣ ਤਸਵੀਰਾਂ ਇਸ ਦੇ ਨਾਲ ਹੀ ਬੇਸ਼ੱਕ ਉਹ ਪ੍ਰੋਫਾਈਲ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ ਫੇਰ ਵੀ ਉਹ ਜਾਲੀ ਹੋ ਸਕਦੀ ਹੈ ਇਸ ਤਮੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਆਪਣੇ ਪਿਆਰ ਦੇ ਜਾਲ ਵਿੱਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਰਾਹੀਂ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਜਾਂ ਫਿਰ ਉਹਨਾਂ ਦੀ ਚੈਟ ਨੂੰ ਲੈ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਪੰਜਾਬੀ ਪਾਈਚਾਰੇ ਵਿੱਚ ਵੀ ਹੁ ਚੁਕੇ ਨੇ ਪਹਿਲਾਂ ਤਾਂ ਜ਼ਿਆਦਾਤਰ ਮਾਮਲੇ ਜੋ ਟੀਨੇਜਰਸ ਦੇ ਵਿੱਚ ਨਬਾਲਗ ਬੱਚਿਆਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਬਲੈਕਮੇਲ ਕੀਤੇ ਜਾਂਦੇ ਸਾਹਮਣੇ ਆ ਰਹੇ ਸਨ ਤੇ ਹੁਣ ਜੋ ਵੱਡਿਆਂ ਦੇ ਵਿੱਚ ਵੀ ਪੰਜਾਬੀ ਭਾਈਚਾਰੇ ਵਿੱਚ ਇਹ ਮਾਮਲੇ ਜਿਹੇ ਸਾਹਮਣੇ ਆਉਣ ਲੱਗੇ ਨੇ ਜਿਸ ਦੇ ਬਾਰੇ ਅੱਜ ਅਸੀਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਪੀਐਨਸਨ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਹੁਣੇ ਗੱਲ ਕੀਤੀ ਹੈ ਕਿ ਆਪਣੇ ਭਾਈਚਾਰੇ ਦੇ ਵਿੱਚ ਇਹ ਕੇਸ ਹੁਣ ਵੱਧ ਗਏ ਨੇ ਜੋ ਜ਼ਿਕਰ ਕੀਤਾ ਗਿਆ ਏ ਉਸ ਬਾਰੇ ਦੱਸ ਦਿਓ ਕਿ ਕਿਹੋ ਜਿਹੇ ਕੇਸ ਹਾਂਜੀ ਇਹ ਇੱਕ ਪਹਿਲੀ ਵਾਰ ਨਹੀਂ ਹੈਗਾ ਜਿਹਦੇ ਬਾਰੇ ਅਸੀਂ ਪਹਿਲਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹੈਗੇ ਆ ਜਿਹਨੂੰ ਆਪਾਂ ਸੈਕਸ ਟੋਰਸ਼ਨ ਕਹਿੰਦੇ ਆ ਜਿੱਥੇ ਕਿ ਤੁਹਾਡੀਆਂ ਜਿਹੜੀਆਂ ਇੰਟਿਮੇਟ ਇਮੇਜਸ ਹੈਗੀਆਂ ਉਹਨਾਂ ਨੂੰ ਲੈ ਕੇ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈਗਾ ਸੋ ਹੁਣ ਰੀਸੈਂਟਲੀ ਜਿਹੜਾ ਆਪਾਂ ਦੇਖਿਆ ਹੈਗਾ ਕਿ ਜਿਹੜੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ men ਹੈਗੇ ਐਡਲਟ men ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਇੰਸਟਾਗ੍ਰam ਪਲੈਟਫਾਰਮ ਹੈ ਜਿੱਥੇ ਯੂਜ਼ ਕੀਤਾ ਜਾ ਰਿਹਾ ਹੈ ਇੰਸਟਾਗ੍ਰam ਤੇ ਤੁਸੀਂ ਕਿਸੇ ਨੂੰ ਫਰੈਂਡਸ ਬਣਾਇਆ ਹੈਗਾ ਜਾਂ ਤੁਸੀਂ ਮਿਲੇ ਹੈਗੇ ਆ ਉਹਨਾਂ ਨੇ ਆਪਣੀਆਂ ਕੁਝ ਤਸਵੀਰਾਂ ਤੁਹਾਨੂੰ ਭੇ ਜੀ ਵੀ ਆਪਣੀਆਂ ਭੇਜੋ ਸੋ ਤੁਸੀਂ ਆਪਣੇ ਇੰਟਿਮੇਟ ਇਮੇजेस ਜਿਹੜੀਆਂ ਉਹਨਾਂ ਨਾਲ ਸ਼ੇਅਰ ਕਰ ਬੈਠਦੇ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਮੈਸੇਜਸ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਕਿ ਹੁਣ ਮੇਰੇ ਕੋ ਤੇਰੀਆਂ ਫੋਟੋਆਂ ਆ ਗਈਆਂ ਹੈਗੀਆਂ ਜੇ ਤੂੰ ਮੈਨੂੰ ਪੈਸੇ ਨਾ ਭੇਜੇ ਜੇ ਪੈਸੇ ਟਰਾਂਸਫਰ ਨਾ ਕੀਤੇ ਤਾਂ ਇਹੜੀਆਂ ਫੋਟੋਆਂ ਹੈਗੀਆਂ ਜਾਂ ਵੀਡੀਓਜ਼ ਹੈਗੀਆਂ ਇਹ ਤੇਰੇ ਫੈਮਲੀ ਨਾਲ ਫਰੈਂਡਸ ਦੇ ਨਾਲ ਅਸੀਂ ਇੰਟਰਨੈਟ ਤੇ ਪਾ ਦੇਣੀਆਂ ਹੈਗੀਆਂ ਸੋ ਇਸ ਤਰ੍ਹਾਂ ਬਲੈਕਮੇਲ ਕੀਤਾ ਜਾ ਰਿਹਾ ਹੈਗਾ ਸੋ ਇਹ ਇਥੇ ਜਾਣਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਹੈਗੀਆਂ ਚਾਹੇ ਉਹ ਇੰਸਟਾਗ੍ਰ ਖਾਇਆ ਗਿਆ ਚਾਹੀ ਸਨੈਪਚੈਟ ਹੈ ਗਿਆ ਜਦੋਂ ਤੁਸੀਂ ਕਿਸੇ ਅਣਜਾਣ ਬੰਦੇ ਨਾਲ ਫਰੈਂਡਸ਼ਿਪ ਕਰਦੇ ਹੈਗੇ ਸੋਸ਼ਲ ਮੀਡੀਆ ਤੇ ਉੱਥੇ ਤੁਸੀਂ ਆਪਣੀਆਂ ਜਿਹੜੀਆਂ ਤਸਵੀਰਾਂ ਭੇਜਣੀਆਂ ਹੈਗੀਆਂ ਉਹਦੇ ਨਾਲ ਤੁਹਾਨੂੰ ਬਲੈਕਮੇਲ ਹੋਣ ਦੀ 100% ਜਾਣਕਾਰੀ ਤੁਹਾਨੂੰ ਪਹਿਲਾ ਸੂਚਨਾ ਚਾਹੀਦਾ ਹੈਗਾ ਉਹ ਭੇਜਣ ਤੋਂ ਪਹਿਲਾਂ ਸੋ ਸਾਡੀ ਤੁਹਾਨੂੰ ਇਹੀ ਸਲਾਹ ਹੈਗੀ ਆ ਕਿ ਪਹਿਲਾਂ ਤਾਂ ਕਿਸੇ ਅਣਜਾਣ ਬੰਦੇ ਦੇ ਨਾਲ ਤੁਸੀਂ ਫਰੈਂਡਸ਼ਿਪ ਨਾ ਕਰੋ ਸੋਸ਼ਲ ਮੀਡੀਆ ਤੇ ਜੇ ਤੁਸੀਂ ਉਹਨਾਂ ਨੂੰ ਫਿਜ਼ੀਕਲੀ ਨਹੀਂ ਮਿਲੇ ਹੈਗੇ ਜਾਂ ਕਿਸੇ ਫਰੈਂਡ ਦੇ ਥਰੂ ਵੀ ਜੇ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਤਾਂ ਉਹਨਾਂ ਨਾਲ ਫਰੈਂਡਸ਼ਿਪ ਨਾ ਕਰੋ ਜੇ ਤੁਸੀਂ ਫਰੈਂਡਸ਼ਿਪ ਕਿਸੇ ਨਾਲ ਕੀਤੀ ਹੈਗੀ ਆਨਲਾਈਨ ਉਸ ਤੇ ਆਪਣੀਆਂ ਤਸਵੀਰਾਂ ਕਦੇ ਵੀ ਪਬਲਿਕਲੀ ਸ਼ੇਅਰ ਨਾ ਕਰੋ ਈਵਨ ਵਿਦ दैट ਇੰਡੀਵਿਜੂਅ ਜਿੱਦ ਤੱਕ ਤੁਹਾਨੂੰ ਲੱਗੂਗਾ ਕਿ ਮੈਂ ਸਿਰਫ ਇਸ ਬੰਦੇ ਨੂੰ ਡਾਇਰੈਕਟਲੀ ਆਪਣੀਆਂ ਫੋਟੋਆਂ ਭੇਜੀਆਂ ਸੀ ਪਰ ਹੁਣ ਉਹ ਤੁਹਾਨੂੰ ਥ੍ਰੈਟ ਕਰ ਰਿਹਾ ਹੈ ਕਿ ਇਹ ਤੁਹਾਡੇ ਫੈਮਿਲੀ ਮੈਂਬਰਸ ਤੇ ਤੁਹਾਡੇ ਵਰਕਪਲੇਸ ਤੇ ਸ਼ੇਅਰ ਕਰ ਦੇਣੀਆਂ ਹੈਗੀਆਂ ਸੋ ਕਦੇ ਵੀ ਇਹ ਮੈਸਜ ਤੁਸੀਂ ਕਦੇ ਨਾ ਸ਼ੇਅਰ ਕਰੋ ਕਿਉਂਕਿ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਹੈਗਾ ਆ ਜਿਵੇਂ ਕਿ ਤੁਸੀਂ ਕਿਹਾ ਕਿ ਰੀਸੈਂਟ ਹੁਣ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਤੇ ਖਾਸ ਤੌਰ ਤੇ ਕਿਹੋ ਜੇ ਪਲੇਟਫਾਰਮਸ ਦੇ ਉੱਤੇ ਤੇ ਨਾਲ ਹੀ ਕਿਹੜੀਆਂ ਮੁੱਖ ਗਲਤੀਆਂ ਨੇ ਜਿਹੜੀ ਉਹ ਕਰਦੇ ਨੇ ਸੋ ਹੁਣ ਜਿਹੜੀਆਂ ਰੀਸੈਂਟ ਫਾਈਲਸ ਆਈਆਂ ਹੈਗੀਆਂ ਉਹਦੇ ਵਿੱਚ ਇੰਸਟਾਗ੍ਰam ਸਾਰਨੋਂ ਮੋਰੇ ਆਇਆ ਹੈਗਾ ਜਿਸ ਦੇ ਉੱਪਰ ਜੇ ਕਿਸੇ ਨੇ ਫਰੈਂਡਸ਼ਿਪ ਕੀਤੀ ਕਿਸੇ ਅਣਜਾਣ ਬੰਦੇ ਨਾਲ ਜਦੋਂ ਵੀ ਤੁਸੀਂ ਦੇਖੋਗੇ ਕਿ ਜਦੋਂ ਫਰੈਂਡਸ਼ਿਪ ਕੀਤੀ ਜਾਂਦੀ ਹੈਗੀ ਕਿ ਦੂਜੇ ਪਾਸੇ ਤੁਹਾਨੂੰ ਜਿਹੜੀਆਂ ਫੋਟੋਆਂ ਦਿਖਾਈ ਜਾਂਦੀਆਂ ਹੈ ਜਿਹੜੀਆਂ ਪ੍ਰੋਫਾਈਲ ਬਣਾਈ ਹੁੰਦੀ ਆ ਬਹੁਤ ਹੀ ਅਟਰੈਕਟਿਵ ਗਰਲ ਹੈਗੀ ਆ ਉਹ ਬਹੁਤ ਸੋਹਣੀ ਲੱਗ ਰਹੀ ਹੈਗੀ ਆ ਤੇ ਉਹ ਰਹੀਆਂ ਹੈਗੀਆਂ ਉਹਦੀਆਂ ਆਪਣੇ ਫੋਟੋਆਂ ਨਹੀਂ ਹੁੰਦੀਆਂ ਹੈਗੀਆਂ ਇਹ ਸਾਰਾ ਇੱਕ ਫਰਾਡ ਹੈਗਾ ਇੱਕ ਤਰ੍ਹਾਂ ਦਾ ਜਿਸ ਦੇ ਵਿੱਚ ਤੁਹਾਨੂੰ ਫਸਾਇਆ ਜਾਂਦਾ ਹੈਗਾ ਸੋ ਜੇ ਤੁਸੀਂ ਆਪ ਕੌਂਸ਼ੀਅਸਲੀ ਲਾਈਕ ਯੂ ਨੋ ਆਪਣੀਆਂ ਫੋਟੋਆਂ ਕਦੇ ਵੀ ਨਾ ਭੇਜੋ ਤੁਹਾਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ ਉਸ ਦੇ ਨਾਲ ਹੀ ਜੇ ਤੁਸੀਂ ਜਿਹੜਾ ਥੋੜਾ ਕੈਮਰਾ ਹੁੰਦਾ ਹੈ ਸੋੜੀਆਂ ਸੈਟਿੰਗਸ ਹੁੰਦੀਆਂ ਆ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਕੈਮਰੇ ਦੀਆਂ ਸੈਟਿੰਗਸ ਆਪਣੀਆਂ ਆਵ ਵਿੱਚ ਚੈੱਕ ਕਰੋ ਕਿਉਂਕਿ ਤੁਹਾਡੇ ਫੋਨ ਦੇ ਵਿੱਚ ਹੈਕ ਵੀ ਕੀਤਾ ਜਾ ਸਕਦਾ ਜਿੱਥੇ ਕਿ ਤੁਹਾਡੀਆਂ ਫੋਟੋਆਂ ਉਹ ਆਪ ਲੈ ਸਕਦੇ ਹੈਗੇ ਆ ਈਵਨ ਦੋ ਸਨੈਪਚੈਟ ਦੇ ਵਿੱਚ ਅਸੀਂ ਆਲਵੇਸ ਇਹ ਸੋਚਦੇ ਹੈਗੇ ਆ ਕਿ ਸਨੈਪਚੈਟ ਦੇ ਵਿੱਚ ਜੇ ਤੁਸੀਂ ਕੋਈ ਮੈਸੇਜ ਭੇਜਿਆ ਹੈਗਾ ਆ ਉਹ ਡਿਸਪੀਅਰ ਹੋ ਜਾਣਾ ਹੈਗਾ ਕੁਝ ਵੀ ਡਿਸਪੀਅਰ ਨਹੀਂ ਹੁੰਦਾ ਹੈਗਾ ਕਿਉਂਕਿ ਉਹ ਜਿਹੜੀ ਤੁਸੀਂ ਕੈਲੋਜੀ ਚੈਟ ਹੋ ਰਹੀ ਆ ਉਹਦਾ ਸਕਰੀਨਸ਼ਾਟ ਲੈ ਸਕਦੇ ਹੈਗੇ ਆ ਥੈਨ ਉਹ ਸਕਰੀਨਸ਼ਾਟ ਦੇ ਉੱਪਰ ਹੀ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਹੈਗਾ ਤੇ ਜਿਵੇਂ ਕਿ ਇਹ ਹੁਣ ਤੱਕ ਜਿਹੜੇ ਹੁਣ ਤੱਕ ਦੇ ਮਾਮਲੇ ਸਾਹਮਣੇ ਆਏ ਨੇ ਉਸ ਵਿੱਚ ਜਦੋਂ ਪੀੜਤ ਸਾਹਮਣੇ ਆਉਂਦੇ ਨੇ ਤਾਂ ਉਸ ਸਮੇਂ ਕਿਹੋ ਜਿਹਾ ਉਹਨਾਂ ਨੂੰ ਅੱਗੇ ਜੋ ਮਦਦ ਮਿਲਦੀ ਹੈ ਸਹੂਲਤਾਂ ਮਿਲਦੀਆਂ ਨੇ ਕਿ ਉਹਨਾਂ ਦੀਆਂ ਤਸਵੀਰਾਂ ਤੁਰੰਤ ਹਟਾਈਆਂ ਜਾਂਣ ਤੇ ਨਾਲ ਹੀ ਜੋ ਸਸਪੈਕਟ ਨੇ ਉਹ ਕਿਹੋ ਜਿਹੇ ਨੇ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ ਸੋ ਜ਼ਿਆਦਾ ਤੌਰ ਤੇ ਜਿਹੜੇ ਸਸਪੈਕਟ ਹੈਗੇ ਆ ਉਹ ਕਿਸੇ ਹੋਰ ਕੰਟਰੀ 'ਚ ਬੈਠੇ ਹੁੰਦੇ ਹੈਗੇ ਜਿਨ੍ਹਾਂ ਤੱਕ ਤੁਸੀਂ ਪਹੁੰਚ ਵੀ ਨਹੀਂ ਸਕਦੇ ਹੈਗੇ ਪਰ ਜਿਹੜਾ ਇੱਕ ਹੁਣ ਨਵਾਂ ਲਾਅ ਬਣਿਆ ਸੀ ਜਿਹੜਾ ਇੰਟਿਮੇਟ ਇਮੇਜਸ ਪ੍ਰੋਟੈਕਸ਼ਨ ਐਕਟ ਆਇਆ ਸੀ ਉਹਦੇ ਅਧੀਨ ਤੁਹਾ ਕਰਦੇ ਹੈਗੀਆਂ ਤੁਹਾਡੀਆਂ ਫੋਟੋਆਂ ਰਿਮੂਵ ਕਰਾ ਸਕਦੇ ਹੈਗੇ ਇੰਟਰਨੈਟ ਤੋਂ ਜਿਹੜੀ ਸਪੈਸ਼ਲੀ ਸੀਆਰਸੀਐਮਪੀ ਸਾਡੀ ਜਿਹੜੀ ਸਪੈਸ਼ਲ ਵਿਕਟਿਮਸ ਯੂਨਿਟ ਹੈਗੀ ਆ ਜਿਹੜੀ ਬੱਚਿਆਂ ਦੇ ਨਾਲ ਕੰਮ ਕਰਦੀ ਹੈਗੀ ਸੋ ਜਿਹੜਾ ਐਨੀਬਾਡੀ ਦੈਟਸ ਅੰਡਰ ਦੀ ਏਜ ਆਫ 16 ਜੋ ਉਹਨਾਂ ਦੀਆਂ ਤਸਵੀਰਾਂ ਨੂੰ ਕੋਈ ਕਹ ਲੋ ਯੂਜ਼ ਕਰ ਰਿਹਾ ਸੈਕਸ ਟ੍ਰੋਸ਼ਨ ਵਾਸਤੇ ਉਸ ਦੇ ਵਿੱਚ ਅਸੀਂ ਆਪ ਕੰਪਨੀਆਂ ਜਿਹੜੀਆਂ ਹੈਗੀਆਂ ਚਾਹੇ ਜਿਹੜਾ ਵੀ ਪਲੈਟਫਾਰਮ ਹੈਗਾ ਉਹਦੇ ਨਾਲ ਡਾਇਰੈਕਟਲੀ ਜਿਹੜੀ ਅਥੋਰਾਈਜੇਸ਼ਨ ਕੋਰਟ ਤੋਂ ਲੈ ਕੇ ਉਹਨਾਂ ਫੋਟੋ ਨੂੰ ਰਿਮੂਵ ਕਰਦੇ ਹੈਗੀਆਂ ਪਰ ਜਦੋਂ ਆਪਾਂ ਐਡਲਟ ਦੀ ਗੱਲ ਕਰਦੇ ਹੈਗੀਆਂ ਤਾਂ ਫ ਜਾਂਦੀਆ ਹੈਗਾ ਕਿਉਂਕਿ ਇਹਦੇ ਵਿੱਚ ਪ੍ਰੀਕਾਸ਼ਨ ਲੈਣਾ ਸਾਰਨਾ ਵੱਡਾ ਕਹ ਲੋ ਇੱਕ ਸੋਲੂਸ਼ਨ ਹੈਗਾ ਕਿ ਤੁਸੀਂ ਇੱਥੇ ਤੱਕ ਪਹੁੰਚੋ ਹੀ ਨਾ ਤੁਸੀਂ ਆਪਣੇ ਫੋਟੋ ਕਦੀ ਵੀ ਅਣਜਾਣ ਬੰਦੇ ਨਾਲ ਸ਼ੇਅਰ ਨਾ ਕਰੋ ਤਾਂ ਕਿ ਤੁਹਾਨੂੰ ਉਹ ਬਲੈਕਮੇਲ ਨਾ ਕਰੇ ਪਰ ਜੇ ਬੱਚਿਆਂ ਦੇ ਨਾਲ ਇਹ ਕੰਮ ਹੁੰਦਾ ਹੈਗਾ ਜਿੱਥੇ ਕਿ ਕੋਈ ਉਹਨਾਂ ਤੋਂ ਤਸਵੀਰਾਂ ਲੈ ਲੈਂਦਾ ਹੈਗਾ ਉਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਸਪੈਸ਼ਲ ਵਿਕਟਮਸ ਯੂਨਿਟ ਹੈਗੀ ਆ ਪੂਰੀ ਤਰ੍ਹਾਂ ਦੇ ਨਾਲ ਇਨਵੋਲਵ ਹੋ ਕੇ ਉਹਨਾਂ ਫੋਟੋ ਨੂੰ ਉੱਥੋਂ ਰਿਮੂਵ ਕਰਾਉਂਦੀ ਹੈਗੀ ਆ ਜਿਵੇਂ ਕਿ ਬੱਚਿਆਂ ਨੂੰ ਤਾਂ ਜ਼ਿਆਦਾ ਮਦਦ ਮਿਲਦੀ ਹੈ ਤੇ ਆਪਣੇ ਮਾਪਿਆਂ ਨਾਲ ਵੀ ਗੱਲ ਸਾਂਝੀ ਕਰ ਸਕਦੇ ਜਿਹੜੇ ਵੱਡੇ ਨੇ ਕਈ ਵਾਰ ਉਹ ਜੋ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਕਿ ਉਹ ਉਸ ਰਕਮ ਨੂੰ ਦੰਦੇ ਰਹਿੰਦੇ ਨੇ ਤਾਂ ਕਿ ਕਿਤੇ ਮੇਰਾ ਬੇਇੱਜ਼ਤੀ ਨਾ ਹੋ ਜਾਵੇ ਮੇਰੀ ਕਿਤੇ ਪਰਿਵਾਰਕ ਮੈਂਬਰ ਨੂੰ ਨਾ ਪਤਾ ਲੱਗ ਜਾਵੇ ਫਿਰ ਜੇਕਰ ਉਹ ਪੁਲਿਸ ਕੋਲ ਆ ਕੇ ਸ਼ਿਕਾਇਤ ਕਰਦੇ ਨੇ ਤਾਂ ਕੀ ਪੁਲਿਸ ਦੇ ਵੱਲੋਂ ਉਸ ਦੀ ਜਾਣਕਾਰੀ ਨੂੰ ਉਸਦੇ ਸਪਾਊਸ ਤੋਂ ਵੀ ਤੇ ਉਸਦੇ ਫੈਮਿਲੀ ਮੈਂਬਰਸ ਤੋਂ ਨਿੱਜੀ ਰੱਖਿਆ ਜਾਂਦਾ ਹੈ ਬਿਲਕੁਲ ਜੀ ਬਿਕੋਸ ਸਾਨੂੰ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਜਸਪਾਲ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਪ੍ਰੋਟੈਕਟ ਕਰਨੇ ਸਾਡੀ ਰਿਸਪਾਂਸਿਬਿਲਟੀ ਹੈਗੀ ਆ ਅਨਲੈਸ ਕੋਈ ਜ਼ਿਆਦਾ ਸੀਰੀਅਸ ਮੈਟਰ ਹੈਗਾ ਜਿੱਥੇ ਕਿ ਬਾਕੀ ਫੈਮਿਲੀ ਮੈਂਬਰ ਕੋਲ ਤੁਹਾਨੂੰ ਸਟੇਟਮੈਂਟ ਚਾਹੀਦੀ ਹੈਗੀ ਆ ਇਹ ਜਿਹੜੀ ਜਾਣਕਾਰੀ ਤੁਸੀਂ ਸਾਨੂੰ ਆ ਫੋਨ ਕਰਕੇ ਦੱਸਿਆ ਹੈਗਾ ਕਿ ਤੁਹਾਨੂੰ ਤੁਸੀਂ ਵਿਕਟਮ ਬਣੇ ਹੈਗੇ ਸੈਕਸਟੋਰਸ਼ਨ ਦੇ ਸਾਡੀ ਗੱਲ ਆਪਸ ਤੁਹਾਡੇ ਤੱਕ ਹੀ ਸੀਮਤ ਹੁੰਦੀ ਹੈਗੀ ਆ ਸਰਲਮੈਂਟੋ ਕੁਛ ਹੋਰ ਪੁੱਛਣ ਤੋਂ ਰਹਿ ਗਿਆ ਇਸ ਮਾਮਲੇ ਬਾਰੇ ਜੇ ਤੁਸੀਂ ਵਿਕਟਮ ਬਣੇ ਹੈਗੇ ਸੈਕਸ ਟੋਰਸ਼ਨ ਦੇ ਮੇਕ ਸ਼ੋਰ ਕਰੋ ਕਿ ਤੁਸੀਂ ਦੀ ਰਿਪੋਰਟ ਜਰੂਰ ਕਰੋ ਕਿਉਂਕਿ ਹੋ ਸਕਦਾ ਹੈ ਕਿ ਕੋਈ ਪਰਸਨ ਜਿਹੜਾ ਇਹ ਲੋਕਲੀ ਹੋਵੇ ਤੁਹਾਡੇ ਕੋਈ ਜਾਣ ਪਛਾਣ ਵਾਲਾ ਹੋਵੇ ਜਿਹੜਾ ਐਵਿਡੈਂਸ ਹੈਗਾ ਜਿੱਥੋਂ ਜਿਹੜਾ ਵੀ ਪਲੈਟਫਾਰਮ ਤੁਸੀਂ ਯੂਜ਼ ਕਰ ਰਹੇ ਹੈਗੇ ਜਿੱਥੇ ਤੁਹਾਨੂੰ ਸੈਕਸ ਟੋਰਸ਼ਨ ਕੀਤੀ ਜਾ ਰਹੀ ਹੈਗੀ ਆ ਉਸ ਨੂੰ ਡਿਲੀਟ ਨਾ ਕਰੋ ਤੁਸੀਂ ਉੱਥੇ ਆਪਣੀਆਂ ਜਿਹੜੀਆਂ ਪਿਕਚਰਸ ਹੈਗੀਆਂ ਜਿਹੜੀ ਵੀ ਕਨਵਰਸੇਸ਼ਨ ਹੋਈ ਹੈਗੀ ਆ ਉਸ ਦੀਆਂ ਸਨੈਪ ਆਪ ਤੁਸੀਂ ਫੋਟੋ ਖਿੱਚ ਕੇ ਰੱਖ ਕੇ ਐਵਿਡੈਂਸ ਤੌਰ ਤੇ ਰੱਖਣੀ ਹੈਗੀ ਆ ਆਪਣਾ ਅਕਾਊਂਟ ਕਦੇ ਵੀ ਡੀ ਐਕਟੀਵੇਟ ਨਾ ਕਰੋ ਤਾਂ ਕਿ ਪੁਲਿਸ ਨੂੰ ਜੇ ਐਮਰਜੈਂਸੀ ਲੋਡ ਹੈਗੀ ਤਾਂ اکاؤنٹ ਵਿੱਚ ਜਾ ਕੇ ਲੈ ਸਕਦੇ ਹੈਗੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਧੰਨਵਾਦ ਜੀ ਜਿਵੇਂ ਕਿ ਇੱਥੇ ਗੱਲਬਾਤ ਸਾਂਝੀ ਕੀਤੀ ਗਈ ਹੈ ਜੇਕਰ ਤੁਸੀਂ ਇਹੋ ਜਿھے ਕਿਸੇ ਵੀ ਹਾਲਾਤ ਦੇ ਵਿੱਚ ਫਸਦੇ ਹੋ ਤਾਂ ਜ਼ਰੂਰੀ ਹੈ ਤੁਸੀਂ ਪੁਲਿਸ ਕੋਲ ਸ਼ਿਕਾਇਤ ਜ਼ਰੂਰ ਕਰੋ ਤਾਂ ਕਿ ਉਸ ਦੇ ਵਿੱਚੋਂ ਨਿਕਲ ਸਕੋ ਕਿਉਂਕਿ ਤੁਸੀਂ ਇੱਕ ਵਾਰ ਜੇਕਰ ਕੋਈ ਰਕਮ ਦੇ ਦਿੰਦੇ ਹੋ ਤਾਂ ਸਾਹਮਣੇ ਵਾਲਾ ਵਿਅਕਤੀ بار-बार ਤੁਹਾਨੂੰ ਬਲੈਕਮੇਲ ਕਰੇਗਾ ਤੇ بار-बार ਰਕਮ ਮੰਗੇਗਾ ਤੇ ਕਦੋਂ ਤੱਕ ਤੁਸੀਂ ਉਸ ਹਾਲਾਤ ਦੇ ਵਿੱਚ ਫਸੇ ਰਹੋਗੇ ਇਸ ਦੇ ਵਿੱਚੋਂ ਇੱਕੋ ਵਾਰ ਨਿਕਲਿਆ ਜਾ ਸਕਦਾ ਹੈ ਪੁਲਿਸ ਦੇ ਨਾਲ ਤੁਸੀਂ ਜਾਣਕਾਰੀ ਨੂੰ ਸਾਂਝਾ ਕਰ ਸਕਦੇ ਹੋ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਿਸ ਦੇ ਵਿੱਚ ਜੋ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਦੱਸਿਆ ਗਿਆ ਹੈ ਸਥਾਈ ਬਣਾਇਆ ਜਾਂਦਾ ਕਿ ਤੁਹਾਡੀ ਜਾਣਕਾਰੀ ਨੂੰ ਨਿੱਜੀ ਰੱਖਿਆ ਜਾਵੇ ਇਸ ਤਰ੍ਹਾਂ ਲਈ ਮੈਨੂੰ ਦੇ ਇਜਾਜ਼ਤ ਸੱਚ ਰਿਆ ਕਾਲ